ਲਾਮਲੇ ਪਿੰਡਾਂ ਦੇ ਲੋਕ ਹਰੀਕੇ ਪਤਨ ਦਰਿਆ ਤੇ ਪਹੁੰਚੇ ਹੋਏ ਨੇ ਕਿ ਪਾਣੀ ਦਾ ਪੱਧਰ ਜਿਹੜਾ ਵੱਧਾ ਨਜ਼ਰ ਆ ਰਿਹਾ ਉਸ ਤੋਂ ਬਰਸਾਤੀ ਮੌਸਮ ਹੋਇਆ ਲੋਕਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਕਿਉਂਕਿ ਕਿਸਾਨਾਂ ਦੇ ਵੱਲੋਂ ਜਿਹੜੀ ਪੋਤਾ ਵਗੀ ਜਿਹੜੀ ਫਸਲ ਆ ਉਹ ਕਾਦੇ ਸਾਹਮਣੇ ਰੋੜ ਦੀ ਹੋਈ ਨਜ਼ਰ ਆ ਰਹੀ ਆ ਕਿਉਂਕਿ ਕਿਸਾਨ ਨੂੰ ਕੁਝ ਹੋਰ ਤੇ ਖਰਚੇ ਬਹੁਤ ਪੈਂਦੇ ਨੇ ਕਿਉਂਕਿ ਜਦੋਂ ਫਸਲ ਬੀਜੀ ਜਾਂਦੀ ਆ ਆੜਤੀਆ ਕੋ ਪੈਸੇ ਲੈਤੇ ਜਾਂਦੇ ਨੇ ਵਿਆਜ ਜੀ ਕਿ ਮੇਰੀ ਫਸਲ ਪੱਕੂਗੀ ਤੇ ਮੈਂ ਜਿਹੜਾ ਆਪਣਾ ਕਰਜ਼ਾ ਉਤਾਰੇਗਾ ਪਰ ਆਖਰ ਦੇ ਵਿੱਚ ਅੱਖਾਂ ਦੇ ਸਾਹਮਣੇ ਜਿਹੜੀ ਫਸਲ ਆ ਉਹ ਤਬਾਹ ਹੁੰਦੀ ਨਜ਼ਰ ਆ ਰਹੀ ਗੱਲਬਾਤ ਕਰਾਂਗੇ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਆਪਣਾ ਨਾਮ ਦੱਸ ਕੇ ਕੀ ਮੇਰਾ ਨਾਮ ਜਗेंद्र ਸਿੰਘ ਪਿੰਡ ਮਾਲਮਤੋਂ ਸਟੇਸ਼ਨ ਤੋਂ ਸਟੇਸ਼ਨ ਵਾਲਾ ਮਾਲਮ ਹੈ ਕੀ ਪਾਣੀ ਦੇ ਹਾਲਾਤ ਕੀ ਪਾਣੀ ਤੋਂ ਹਾਲਾਤ ਤੋਂ ਕੱਲ ਤੋਂ ਸਮਾਜ ਸੇਵਾ ਚੱਲਿਆ ਗੱਟੀ ਦੀ ਜਿਹੜੀ ਰਾਜੋਗ ਗੱਟੀ ਹੈ ਉਹਨਾਂ ਦੀ ਬੜੀ ਤਬਾਈ ਹੋਈ ਹੈ ਕੱਲ ਤੋਂ ਲਾ ਕੇ ਜਿਹੜੇ ਆਪਣੇ ਕਾਮਲ ਵਾਲਾ ਇਹਨਾਂ ਬੱਚਿਆਂ ਦੇ ਵਿੱਚ ਤੇ ਬੱਚੇ ਵੀ ਰੁੜੇ ਨੇ ਮਾਲ ਡੰਗਰਵੀ ਰੋਡ ਗਿਆਨ ਨੂੰ ਕੋਈ ਸਹੂਲਤਾਂ ਜਿੱਤੇ ਕਰਨੀ ਮਿਲ ਰਹੀਆਂ ਗੱਲਾਂ ਬਾਤਾਂ ਮਾਰੀ ਜਾਂਦੇ ਵੱਡੀ ਸਾਡੀ ਬੇਨਤੀ ਇਹ ਫਰੀਪੁਰ ਤੋਂ ਲਾ ਕੇ ਇਹ ਕੰਦ ਫਰੋਹੀਪੁਰ ਤੋਂ ਲਾ ਕੇ ਇਥੋਂ ਮੈਡ ਤੋਂ ਲਾ ਕੇ ਪੱਕੀ ਕੀਤੀ ਜੇ ਸਾਨੂੰ ਕੋਈ ਵੀ ਦੁੱਖ ਨਹੀਂਗਾ ਲਗਾ 88 ਤੋਂ ਕਦੇ ਜਿਆਦਾ ਪਾਣੀ ਆ 80 ਤੋਂ ਜਿਆਦਾ ਬਸੁਰਾ ਪਾਣੀ ਚੱਲਿਆ ਜਿਨ੍ਹਾਂ ਦੇ ਵਿੱਚ ਜਾਨਾਂ ਜਾ ਡੁਕੀਆਂ ਨੇ ਕੋਈ ਨਹੀਂ ਸੰਭਾਲ ਕੋਈ ਨਹੀਂ ਦੁਜੇ ਹੀ ਇੱਕ ਦੂਜੇ ਦੇ ਬੈਣ ਲਾ ਰਹੇ ਪਾਰਟੀਆਂ ਲਾ ਰੀਆਂ ਨੇ ਕੋਈ ਆਂਦਾ ਉਹ ਨਹੀਂ ਦੇ ਰਿਹਾ ਇਹ ਕੁਦਰਤ ਦੀ ਮਾਰ ਏ ਕੁਦਰਤ ਦੀ ਮਾਰ ਨੂੰ ਕੋਈ ਰੋਕ ਨਹੀਂ ਸਕਦਾ ਸਿੱਖ ਸਾਹਿਬ ਇਹ ਕਹਿੰਦੇ ਕਿ ਇਸ ਟਾਈਮ ਜਿਹੜਾ ਮੌਕਾ ਹੈ ਨਾ ਸਿਆਸਤ ਕਰਨ ਦਾ ਨਹੀਂ ਇਸ ਟਾਈਮ ਆ ਕਿ ਲੋਕਾਂ ਨਾਲ ਖੜਨ ਨੂੰ ਆਪਣੀ ਸੰਭਾਲ ਦੀ ਲੋਕ ਨੇ ਆਪਾਂ ਸੇਵਾ ਕਰਨ ਦੇ ਸਮਾਜ ਸਮੇਂ ਸੇਵਾ ਦੀ ਸੇਵਾ ਕਰ ਸਕਣੇ ਇਹਨਾਂ ਜੀਆਂ ਦੀ ਸੇਵਾ ਕਰੀਏ ਕੋਈ ਸਾਨੂੰ ਦੂਜਾ ਬਿਆਨ ਦੇਣ ਦੀ ਲੋੜ ਕੋ ਨਹੀਂ ਭਈ ਲਾਸਟਾ ਕੀ ਸਰਕਾਰ ਨੂੰ ਕੀ ਅਪੀਲ ਕਰਦਾ ਸਰਕਾਰ ਨੂੰ ਅਪੀਲ ਕਰਦਾ ਕਿ ਕਿਸਾਨਾਂ ਦੀ ਸਾਰ ਲਾਈ ਜਾਵੇ ਜਿਨ੍ਹਾਂ ਦੀ ਜ਼ਮੀਨ ਖਰਾਬ ਹੋ ਗਈ ਆ ਉਹਨਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਔਰ ਜ਼ਮੀਨ ਜੇ ਕਵਰ ਕਰਨੀ ਚਾਹੁੰਦੇ ਕਿਸਾਨਾਂ ਦੀ ਜ਼ਮੀਨ ਕਵਰ ਕਰ ਲੈਣ ਜਿਹਨਾਂ ਦਾ ਦਰਿਆ ਦਾ ਪਾਣੀ ਹਰ ਵਕਤ ਛੱਡਣਾ ਹੀ ਇੱਥੋਂ ਹਰੀਕੇ ਹੈਡ ਤੋਂ ਤਾਂ ਜ਼ਮੀਨ ਕਵਰ ਕਰ ਲੈਣ ਸਾਨੂੰ ਕੋਈ ਇਤਰਾਜ਼ ਨਹੀਂਗਾ ਔਰ ਜਿਹੜੀ ਫਸਲ ਖਰਾਬ ਹੋਈ ਆ ਉਹਨਾਂ ਦਾ 50000 ਮੁਆਵਜ਼ਾ ਦਿੱਤਾ ਜਾਵੇ ਮੈਂ ਬੇਨਤੀ ਕਰਦਾ ਭਗਵੰਤ ਮਾਨ ਜੀ ਨੂੰ ਕਿ ਕਿਸਾਨਾਂ ਦੀ ਤਰਾਸ ਦੀ ਦਿਨ ਦੇਖਦੇ ਹੋਏ ਸਾਡਾ ਜਲਦੀ ਤੋਂ ਜਲਦੀ ਜਿਹੜਾ ਮਾਜਵਾ ਦਿਓ ਜਾਂ ਕੋਈ ਜ਼ਮੀਨ ਵਾਜਦੀ ਆ ਬਚਨ ਦੇ ਹਾਲਾਤ ਨਹੀਂ ਜ਼ਮੀਨ ਜਿਹੜੀ ਇੰਨਾ ਪਾਣੀ ਬੰਜਰ ਹੋ ਚੁੱਕੀ ਹੈ ਜ਼ਮੀਨ ਜੇ ਸਾਡੀ ਜ਼ਮੀਨ ਕੁਆਇਰ ਕਰਨੀ ਚਾਹੁੰਦੇ ਇਹ ਕਰ ਸਕਦੇ ਆ ਮੈਂ ਸੈਂਟਰ ਸਰਕਾਰ ਮੋਦੀ ਸਾਹਿਬ ਨੂੰ ਔਰ ਭਗਵੰਤ ਸਿੰਘ ਨੂੰ ਬੇਨਤੀ ਕਰਦਾ ਕਿ ਕਿਸਾਨਾਂ ਦੀ ਬਾਤ ਫੜੋ ਨਹੀਂ ਤੇ ਵੱਡੇ ਪੱਦਰ ਤੇ ਬਹੁਤ ਵੱਡੇ ਪੱਦਰ ਤੇ ਰੋਸ ਉੱਠੇਗਾ ਕਿਸਾਨਾਂ ਦੇ ਪੱਲੇ ਕੁਝ ਨਹੀਂ ਰਹੇਗਾ ਜੋ ਕਰਜ਼ੇ ਆ ਹੀ ਹੋਗੇ ਬਿਲਕੁਲ ਜੀ ਖੁਸ਼ੀਆਂ ਕਰਨਗੇ ਲੋਕ ਹੋਰ ਕੀ ਕਰਨਗੇ ਜਦੋਂ ਸਾਰਾ ਹੀ ਤਬਾਹ ਹੋ ਗਿਆ ਇਥੋਂ ਮੰਜ਼ਰ ਦੇਖਾ ਜਾਵੇ ਕਿੱਡਾ ਮਾੜਾ ਹੈੜ ਤੋਂ ਜਿਹੜੇ ਵੀਰ ਕਈ ਕਹਿਰ ਦਿੰਦੇ ਪਾਕਿਸਤਾਨ ਨੂੰ ਪਾਣੀ ਨਹੀਂ ਛੱਡਿਆ ਜਾਂਦਾ ਇਹ ਪੰਜਾਬ ਦੇ 50 ਪਿੰਡ ਡੁੱਬ ਗਏ ਨੇ ਪਾਕਿਸਤਾਨ ਹੁਸੈਨੀ ਵਾਲੇ ਤੋਂ ਅੱਗੇ ਜਾ ਕੇ ਆਉਂਦਾ ਏ ਨਾ ਕਿ ਹਰੀਕੇ ਹੈੜ ਤੋਂ ਹਰੀਕੇ ਹੈੜ ਤੋਂ ਅੱਗੇ ਤੇ ਪੰਜਾਬ ਦੇ ਪਿੰਡ ਜਿਹੜੇ 50 ਤਬਾਹ ਹੋ ਗਏ ਨੇ ਜਿਨ੍ਹਾਂ ਦੀ ਫਸਲ ਤਬਾਹ ਹੋ ਗਈ ਆ ਔਰ ਜਿਨ੍ਹਾਂ ਦਾ ਕੋਈ ਘਰ ਘਾਟ ਨਹੀਂ ਰਿਹਾ ਜ਼ਰੂਰੀ ਨਹੀਂ ਬੰਨਾਂ ਦੇ ਅੰਦਰ ਜ਼ਮੀਨ ਸਰਕਾਰੀ ਆ ਜ਼ਮੀਨ ਸਾਰੇ ਹੀ ਰਜਿਸਟਰੀ ਵਾਲੀ ਜ਼ਮੀਨ ਹੈ ਲੋਕਾਂ ਦੇ ਜਿਹੜੇ ਕੋਠੀਆਂ ਆ ਮੈਂ ਬੇਨਤੀ ਕਰਦਾ ਵਾਰ-ਵਾਰ ਭਗਵੰਤ ਮਾਨ ਜੀ ਜਲਦੀ ਤੋਂ ਜਲਦੀ ਨਾ ਕਿਸੇ ਗਰਦੌਰੀ ਦੀ ਲੋੜ ਨਹੀਂ ਰਹਿ ਗਈ ਤੁਸੀਂ ਵੀ ਬਾਈ ਕਰਦੇ ਤੁਸੀਂ ਕਹਿੰਦੇ ਅਸੀਂ ਮਾਸਟਰ ਜੀ ਦੇ ਬੱਚਿਆਂ ਅਸੀਂ ਪੜਦੇ ਆ ਕਿਸਾਨ ਦਾ ਪੁੱਤ ਆ ਤੁਹਾਨੂੰ ਪਤਾ ਵੀ 45 ਦਿਨ ਇੱਥੇ ਕੀ ਬਚ ਸਕਦਾ ਫਸਲ ਤਾਂ 4 ਦਿਨ ਡੁੱਬ ਜੇ ਤੇ ਉਹਦੇ ਪੱਲੇ ਕੱਖ ਨਹੀਂ ਰਹਿੰਦਾ ਹੁਣ 45 ਦਿਨ ਹੋ ਗਏ ਆ ਪਾਣੀ ਵਗਦੇ ਨੂੰ ਬਿਨਾਂ ਕਿਸੇ ਗਰਦੌਰੀ ਤੇ ਇਹਨਾਂ ਤੁਰੰਤ ਮੁਆਵਜ਼ਾ ਦੇਣਾ ਚਾਹੀਦਾ ਔਰ ਜਿੰਨਾ ਜ਼ਮੀਨ ਔਰ ਮੋਟਰਾਂ ਦਾ ਜਿੰਨਾ ਨੁਕਸਾਨ ਹੋ ਗਿਆ ਸਾਰਾ ਪਰਪਾਈ ਕਰਨੀ ਚਾਹੀਦੀ ਆ ਕਿਸਾਨਾਂ ਦਾ ਤਾਂ ਹਮਦਰਦੀ ਮੰਨਾਂਗੇ ਜੇ ਤੁਹਾਡੇ ਤੁਸੀਂ ਇਹ ਐਲਾਨ ਕਰੋ ਤੇ ਬਿਲਕੁਲ ਜੀ ਸਰਕਾਰਾਂ ਨੂੰ ਅਪੀਲ ਕੀਤੀ ਗਈ ਮਾਨ ਸਾਹਿਬ ਨੂੰ ਸਪੈਸ਼ਲ ਅਪੀਲ ਕੀਤੀ ਗਈ ਕਿ ਕਿਉਂਕਿ ਮਾਨ ਸਾਹਿਬ ਕਹਿੰਦੇ ਕਿ ਮੈਂ ਕਿਸਾਨ ਦਾ ਪੁੱਤ ਹੈਗਾ ਕਿਸਾਨਾਂ ਦੇ ਦਰਦ ਨੂੰ ਸਮਝਦਾ ਪਰ ਇਹ ਸਮਾਂ ਹੈਗਾ ਹੁਣ ਦਰਦ ਸਮਝਦਾ ਕਿਉਂਕਿ ਗਰਾਊਂਡ ਜ਼ੀਰੋ ਦੇ ਉੱਪਰ ਕਿਉਂ ਤੁਹਾਡੇ ਨਮਾਇंदे ਜਾ ਰਹੇ ਨੇ ਪ੍ਰਸ਼ਾਸਕ ਜਾ ਰਹੇ ਪਰ ਉਹਨਾਂ ਪਿੰਡਾਂ ਤੱਕ ਨਹੀਂ ਪਹੁੰਚ ਕੀਤੀ ਜਾ ਰਹੀ ਆ ਜਿਹੜੇ ਪਿੰਡ ਲੋਕ ਜਿਹੜੇ ਪਿੰਡਾਂ ਦੇ ਵਿੱਚ ਫਸੇ ਹੋਏ ਨੇ ਗਰਾਊਂਡ ਜ਼ੀਰੋ ਦੇ ਉੱਪਰ ਲਿਵਿੰਗ ਇੰਡੀਆ ਦੇ ਵੱਲੋਂ ਹਰੀਕੇ ਪੱਤਨ ਦੇ ਦਰਿਆ ਦੇ ਉੱਪਰ ਕਿਸਾਨਾਂ ਦੇ ਨਾਲ ਖਾਸ ਗੱਲਬਾਤ ਕੀਤੀ ਗਈ ਜਿਹਦੇ ਵਿੱਚ ਕਿਸਾਨਾਂ ਦੇ ਵੱਲੋਂ ਮੰਗ ਕੀਤੀ ਗਈ ਆ ਕਿ 1 ਏਕੜ ਦਾ 500 ਕੈਮਰਾਮੈਨ ਮਨੋਦੀਨ ਅਮਜੇਂਦਰ ਸਿੰਘ ਲਿਵਿੰਗ ਇੰਟਰਵਿਊ ਹਰੀਕੇ ਪਤਾਂ